ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਅਸਲਾਮੁ ਅਲੈਕੁਮ। ਤੁਸੀਂ ਵੇਖਦੇ ਪਏ ਹੋ ਤਾਂ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤਾਂ ਨੂੰ ਪਤਾ ਹੈ, ਸਾਡੀ ਏਅਰਟੈਲ ਦੀ ਕੋਸ਼ਿਸ਼ ਹੁੰਦੀ ਹੈ ਅਸੀਂ ਬਾਈਆਂ ਵਾਸਤੇ ਅੱਛੇ ਤੋਂ ਅੱਛੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਜਨਾਬ ਮੌਜੂਦ ਆਏ ਅਸੀਂ ਮੰਡੀ ਸ਼ਾਹ ਜੀਵਣਾ ਤਹਿਸੀਲੋ ਜ਼ਿਲ੍ਹਾ ਜੰਗ ਅਵਾਨ ਡੇਅਰੀ ਫਾਰਮ ਦੇ। ਅੱਜ ਮਾਸ਼ਾਅੱਲਾ ਤਿੰਨ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਬਾਈਆਂ ਵਾਸਤੇ। ਇੱਕ ਜਨਾਬ ਬਰੀਡਿੰਗ ਬੁੱਲ ਹੈ ਪਿਓਰ ਫਰੀਜ਼ੀਅਨ, ਔਰ ਦੋ ਵਿਹੜਾਂ ਨੇ ਮਾਸ਼ਾਅੱਲਾ ਪਿਓਰ ਫਰੀਜ਼ੀਅਨ ਦੀਆਂ। ਇਹ ਦੋਸਤਾਂ ਨੂੰ ਅੱਜ ਵਿਖਾਵਾਂਗੇ। ਕੈਮਰਾਮੈਨ ਸਾਹਿਬ ਬੱਚੇ ਤੋਂ ਸ਼ੁਰੂ ਕਰ ਲੈਂਦੇ ਹੈ। ਇਹ ਜਨਾਬ ਬੁੱਲ ਦੀ ਤੁਸੀਂ ਤਸੱਲੀ ਕਰਵਾਉਣੀ ਹੈ ਮਾਸ਼ਾਅੱਲਾ, ਚੈੱਕ ਕਰਨਾ ਹੈ ਦੋਸਤਾਂ ਨੇ। ਕੋਈ ਦੋਸਤ ਅਗਰ ਕੁਰਬਾਨੀ ਵਾਸਤੇ ਲੱਭਣਾ ਚਾਹੇ ਫਿਰ ਵੀ ਮਾਸ਼ਾਅੱਲਾ ਠੀਕ ਹੈ, ਅਗਰ ਕੋਈ ਦੋਸਤ ਬਰੀਡਿੰਗ ਵਾਸਤੇ ਲੱਭਣਾ ਚਾਹੇ ਜਿਹਨੇ ਜਨਾਬ ਫਾਰਮ ਦੇ ਵਿੱਚ ਬਰੀਡਿੰਗ ਵਾਸਤੇ ਗਾਵਾਂ ਕਰਵਾਸ ਕਰਾਉਣੀਆਂ ਹੋਣ ਉਹਨਾਂ ਵਾਸਤੇ ਵੀ ਮਾਸ਼ਾਅੱਲਾ ਬਹੁਤ ਹੀ ਜਨਾਬ ਇਹ ਅੱਛਾ ਔਰ ਬਰੀਡਿੰਗ ਬੁੱਲ ਹੈ ਪਿਓਰ ਫਰੀਜ਼ੀਅਨ ਦਾ। ਹਾਈਟ ਤੁਸੀਂ ਚੈੱਕ ਕਰਨੀ ਹੈ ਦੋਸਤਾਂ ਨੇ, ਵੇਲ ਚੈੱਕ ਕਰ ਲੈਣੀ ਹੈ। ਸਿਰੂ ਜਨਾਬ ਗੁੰਨਾ ਹੈ ਮਾਸ਼ਾਅੱਲਾ, ਰੰਗ ਤੁਹਾਡੀ ਅੱਖਾਂ ਦੇ ਸਾਹਮਣੇ ਹੈ ਬਹੁਤ ਹੀ ਖੂਬਸੂਰਤ ਆਊਟ ਕਲਾਸ ਬਰੀਡਿੰਗ ਬੁੱਲ ਹੈ ਜਨਾਬ, ਚੈੱਕ ਕਰ ਸਕਦੇ ਹੋ। ਮਾਲਕਾਂ ਦਾ ਕਹਿਣਾ ਹੈ ਕਿ ਮੂੰਹ ਦੇ ਵਿੱਚੋਂ ਪੂਰਾ ਹੈ, ਛਿੱਗਾ ਛੇ ਦੰਦ ਜਵਾਨ ਹੈ ਮਾਸ਼ਾਅੱਲਾ। ਬਾਕੀ ਹਰ ਚੀਜ਼ ਤੁਸੀਂ ਦੋਸਤਾਂ ਨੇ ਵੇਖ ਲੈਣੀ ਹੈ। ਇੱਥੇ ਤਕਰੀਬਨ ਬਾਈ ਦਾ ਕੱਦ ਹੋਣਾ 6.5 ਫੁੱਟ, ਔਰ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਬੁੱਲ ਦਾ ਕੱਦ। ਹਰ ਚੀਜ਼ ਮਾਸ਼ਾਅੱਲਾ ਤੁਹਾਡੀ ਅੱਖਾਂ ਦੇ ਸਾਹਮਣੇ ਹੈ ਜਨਾਬ, ਬਾਕੀ ਤੁਰਦਾ ਫਿਰਦਾ ਤੁਹਾਡੀ ਅੱਖਾਂ ਦੇ ਸਾਹਮਣੇ ਹੈ। ਇੰਤਹਾਈ ਖੂਬਸੂਰਤ ਆਊਟ ਕਲਾਸ ਅੱਜ ਦਾ ਜਨਾਬ ਹੈ ਪਹਿਲੇ ਨੰਬਰ ਵਾਲਾ ਬੱਚਾ ਹੈ। ਬਾਕੀ ਵਿਹੜਾ ਚੈੱਕ ਕਰਵਾਉਂਦੇ ਹਾਂ, ਪਿਛਾ ਲੈ ਆਓ ਜੀ, ਵਾਪਸ ਲੈ ਆਓ। ਇੱਥੇ ਫੇਸ ਬਿਊਟੀ ਦੋਸਤਾਂ ਨੇ ਚੈੱਕ ਕਰ ਲੈਣੀ ਹੈ ਮਾਸ਼ਾਅੱਲਾ, ਬੜਾ ਹੀ ਅਸੀਲ ਅਸ਼ਰਾਫ ਹੈ, ਚੈੱਕ ਕਰ ਸਕਦੇ ਹੋ। ਬਾਕੀ ਹਰ ਚੀਜ਼ ਕੈਮਰਾਮੈਨ ਸਾਹਿਬ ਤਸਲੀਆਂ ਦੇ ਨਾਲ ਵਿਖਾਉਣਾ, ਇਹਨੂੰ ਬੰਦ ਹੀ ਹੋ ਜੀ, ਬਸ ਠੀਕ ਹੈ। ਅੱਗੇ ਜਨਾਬ ਦੋ ਨੰਬਰ ਦੇ ਵਿਹੜ ਹੈ, ਚੈੱਕ ਕਰ ਸਕਦੇ ਹੋ ਮਾਸ਼ਾਅੱਲਾ। ਤਿੰਨੇ ਜਾਨਵਰ ਪਿਓਰ ਫਰੀਜ਼ੀਅਨ ਦੇ ਵਿੱਚ ਨੇ, ਇੰਪੋਰਟਡ ਨੇ ਬਿਲਕੁਲ। ਤਸਲੀਆਂ ਦੇ ਨਾਲ ਤੁਸੀਂ ਚੈੱਕ ਕਰਨਾ ਹੈ ਜਨਾਬ, ਗੁੱਲ ਚੈੱਕ ਕਰਨੇ ਨੇ ਮਾੜੇ ਮਾੜੇ, ਵਿਹੜੀ ਦੇ ਥੱਲੂ ਗੁੱਲ ਨੇ ਬਲੈਕ। ਬਾਕੀ ਮਾਸ਼ਾਅੱਲਾ ਰੰਗ ਚੈੱਕ ਕਰਨਾ ਹੈ, ਡੱਬਾ ਰੰਗ ਹੈ। ਤਸਲੀਆਂ ਦੇ ਨਾਲ ਮਾਸ਼ਾਅੱਲਾ ਤੁਸੀਂ ਚੈੱਕ ਕਰਨਾ ਹੈ, ਗੋਲ ਕੰਨ ਨੇ, ਗੋਲ ਕੰਨਾਂ ਵਾਲੀਆਂ ਗਾਵਾਂ ਮਾਸ਼ਾਅੱਲਾ ਅੱਛੀਆਂ ਆਉਂਦੀਆਂ ਨੇ। ਬਾਕੀ ਦੋਸਤਾਂ ਨੇ ਹਰ ਚੀਜ਼ ਵੇਖ ਲੈਣੀ ਹੈ, ਚੈੱਕ ਕਰਨੀ ਹੈ ਖੂਬਸੂਰਤੀ, ਨਸਲ, ਜ਼ਾਤ, ਹਾਈਟ, ਲੰਬਾਈ, ਅਤੇ ਚਿਹਰਾ ਚੈੱਕ ਕਰਨਾ ਹੈ ਮਾਸ਼ਾਅੱਲਾ। ਦੋ ਨੰਬਰ ਵਿਹੜੇ ਜਨਾਬ, ਪਹਿਲੇ ਨੰਬਰ 'ਤੇ ਬੁੱਲ ਵਿਖਾਇਆ ਗਿਆ ਹੈ, ਦੂਸਰੇ ਨੰਬਰ 'ਤੇ ਵਿਹੜੀ ਹੈ। ਤਕਰੀਬਨ ਵਜ਼ਨ ਦਾ ਤੁਸੀਂ ਅੰਦਾਜ਼ਾ ਲਾ ਲੈਣਾ ਹੈ, ਬਾਕੀ ਬਾਅਦ ਵਿੱਚ ਮਾਲਕਾਂ ਦੇ ਨਾਲ ਗੱਲਾਂ ਹੋਣਗੀਆਂ ਸਾਂਝੀਆਂ ਜਨਾਬ। ਤੀਸਰੇ ਨੰਬਰ 'ਤੇ ਵਿਹੜ ਵਿਖਾਓ ਜੀ, ਤਿੰਨ ਨੰਬਰ ਵਾਲੀ ਵੀ ਜਨਾਬ ਡੱਬਾ ਰੰਗ ਹੈ ਮਾਸ਼ਾਅੱਲਾ, ਦੋਸਤਾਂ ਨੇ ਤਸੱਲੀ ਕਰਨੀ ਹੈ। ਇਹਦੀ ਹਾਈਟ ਚੈੱਕ ਕਰ ਲੈਣੀ ਹੈ, ਨਸਲ, ਜ਼ਾਤ, ਲੰਬਾਈ ਮਾਸ਼ਾਅੱਲਾ, ਔਰ ਇੱਥੇ ਫੇਸ ਇਹਦਾ ਚੈੱਕ ਕਰਨਾ, ਫੇਸ ਬਿਊਟੀ ਮਾਸ਼ਾਅੱਲਾ, ਕੰਨ ਚੈੱਕ ਕਰਨੇ ਨੇ ਦੋਸਤਾਂ ਨੇ। ਹਰ ਚੀਜ਼ ਦੋਸਤਾਂ ਦੀ ਅੱਖਾਂ ਦੇ ਸਾਹਮਣੇ ਹੈ, ਬਾਕੀ ਬਾਈ ਹੋਰਾਂ ਦੇ ਨਾਲ ਕਰ ਲਵਾਂਗੇ, ਅੱਗੇ ਆਉਣ ਦਿਓ। ਦੋਸਤਾਂ ਨੇ ਤਸੱਲੀ ਦੇ ਨਾਲ ਵੇਖ ਲੈਣੀ ਹੈ ਵਿਹੜ, ਮਾਸ਼ਾਅੱਲਾ ਬਹੁਤ ਹੀ ਆਊਟ ਕਲਾਸ ਹੈ। ਇਹਦੇ ਜਨਾਬ
ਚਾਰੇ ਥਣ ਬਲੈਕ ਨੇ, ਤਸਲੀਆਂ ਦੇ ਨਾਲ ਕੈਮਰਾਮੈਨ ਸਾਹਿਬ ਦੋਸਤਾਂ ਨੂੰ ਹਰ ਚੀਜ਼ ਵਿਖਾਉਣੀ ਹੈ, ਬੱਦਰ ਚੈੱਕ ਕਰ ਲਵਣੇ ਨੇ, ਬਾਕੀ ਭਾਈ ਹੋਰਾਂ ਦੇ ਨਾਲ ਕਰਨੇ ਆ ਗੱਲਾਂ ਸਾਂਝੀਆਂ ਕਿ ਕੀ ਇਹਨਾਂ ਦੀ ਗੱਲ ਹੈ। ਆਓ ਜੀ, ਅਸਲਾਮੁ ਅਲੈਕੁਮ, ਕੀ ਹਾਲ ਚਾਲ ਹੈ? ਤਬੀਅਤ ਸਿਹਤ ਠੀਕ ਹੈ? ਥੋੜ੍ਹਾ ਜਿਹਾ ਉੱਚਾ ਬੋਲਣਾ ਤੁਸੀਂ। ਕੀ ਨਾਮ ਹੈ ਮੇਰੇ ਭਾਈ ਦਾ? ਅਨਵਰ। ਭਾਈ ਅਨਵਰ, ਪਹਿਲੇ ਨੰਬਰ 'ਤੇ ਆਪਾਂ ਬੱਚਾ ਵਿਖਾਇਆ ਹੈ, ਇਹਦਾ ਕਿਤਨਾ ਵਜ਼ਨ ਹੈ? ਸਾਫ ਹੀ ਵਜ਼ਨ ਦੱਸਣਾ ਹੈ, ਜ਼ਿੰਦਾ ਨਹੀਂ, ਜ਼ਿੰਦਾ ਵੀ ਦੱਸ ਦਿਓ। ਵੈਸੇ ਕਿੰਨਾ ਇਹਦਾ ਵਜ਼ਨ ਹੈ? ਜ਼ਿੰਦਾ ਜ਼ਿਆਦਾ ਵੇ ਜਿਹੜਾ ਹੈ ਦੁਆ ਕਹਿੰਦਾ ਬੋਟੀਆਂ ਦਾ ਸਾਹਿਬ, ਉਹ 15 ਮਾਣ ਹੈ। ਬਿਲਕੁਲ, ਜਿਹੜਾ ਬੋਟੀਆਂ ਵਾਲਾ ਵਜ਼ਨ ਹੈ ਉਹ 15 ਮਾਣ, 15 ਮਾਣ, ਜ਼ਿੰਦਾ ਜ਼ਿਆਦਾ ਹੈ, ਜ਼ਿਆਦਾ 15 ਮਾਣ ਬੋਲਦਾ ਜਨਾਬ ਹੈ। ਵਜ਼ਨ ਹੈ ਸਾਫ ਹੀ ਵਜ਼ਨ ਗੋਸ਼ਤ ਵਾਲਾ। ਕੋਈ ਦੋਸਤ ਮਾਲਕਾਂ ਦਾ ਕਹਿਣਾ ਹੈ ਜਨਾਬ ਬਰੀਡਿੰਗ ਵਾਸਤੇ ਲਵਣਾ ਚਾਹੇ, ਮਾਸ਼ਾਅੱਲਾ ਬਹੁਤ ਹੀ ਅੱਛਾ ਰਿਜ਼ਲਟ ਹੈ, ਇਹਦੇ ਬੱਚੇ ਆਏ ਹੋਏ ਨੇ ਬਰੀਡਿੰਗ ਬੋਲੇ, ਔਰ ਅਗਰ ਕੋਈ ਦੋਸਤ ਕੁਰਬਾਨੀ ਵਾਸਤੇ ਲਵਣਾ ਚਾਹੇ ਫਿਰ ਵੀ ਲੈ ਸਕਦੇ ਹੋ। ਜਿਹੜਾ ਆਪਾਂ ਬੁੱਲ ਵਿਖਾ ਦਿੱਤਾ, ਬੱਚਾ ਵਿਖਾ ਦਿੱਤਾ ਹੈ, ਇਹਦਾ ਆਪਾਂ ਜਿਹੜਾ ਲਵਣੇ ਨੇ ਪੈਸੇ ਉਹ ਤੁਸੀਂ ਦੱਸਣੇ ਨੇ, ਬਿਲਕੁਲ ਜ਼ਿਆਦਾ ਨਹੀਂ ਮੰਗਣੇ, ਜਿਹੜੇ ਆਪਾਂ ਲੈ ਲਵਣੇ ਨੇ ਜਿਹਦੇ ਵਿੱਚੋਂ 100 ਹੀ ਨਹੀਂ ਘੱਟ ਕਰਨਾ। ਕੈਮਰੇ ਵਿੱਚ ਵੇਖ, 1,00,000 ਰੁਪਇਆ ਲੈ ਲਵਣਾ, 1 ਰੁਪਇਆ ਵੀ ਨਹੀਂ ਘੱਟ ਹੋਣਾ, ਪੂਰਾ 6,00,000, ਪੂਰਾ 6,00,000, ਕੋਈ ਲਾਡ ਪਿਆਰ ਨਹੀਂ, 6,00,000 ਪੂਰਾ ਹੀ ਨਹੀਂ ਘੱਟ ਹੋਣਾ। ਪਹਿਲੇ ਨੰਬਰ ਵਾਲੀ ਛੋਟੀ ਵੈੜ ਹੈ, ਇਹਦਾ ਕਿਤਨਾ ਵਜ਼ਨ ਹੈ? ਇਹਦਾ ਵਜ਼ਨ ਹੈ 7 ਮਾਣ, 7 ਮਾਣ, ਸਾਫੀ ਵਜ਼ਨ ਬੋਟੀਆਂ ਵਾਲਾ, ਬੋਟੀਆਂ ਵਾਲਾ ਸਾਫ 7 ਮਾਣ। ਅੱਛਾ, ਦੂਸਰੇ ਨੰਬਰ ਵਾਲੀ ਵੈੜ ਜਿਹੜੀ ਵੱਡੀ ਹੈ ਮਾਸ਼ਾਅੱਲਾ, ਉਹਦਾ ਕਿਤਨਾ ਵਜ਼ਨ? 8 ਮਾਣ, ਉਹਦਾ 8 ਮਾਣ ਹੈ। ਦੋਵਾਂ ਵੈੜਾਂ ਦਾ ਵਜ਼ਨ ਹੋ ਗਿਆ 15 ਮਾਣ, 15 ਮਾਣ। ਇਸੇ ਤਰ੍ਹਾਂ ਨਾਲ ਸਾਫੀ ਵਜ਼ਨ ਦੱਸਦੇ ਪਏ, ਜ਼ਿੰਦਾ ਦਾ ਵਜ਼ਨ ਜ਼ਿਆਦਾ ਹੋਣਾ ਹੈ, ਇਹ ਕਸਾਈਆਂ ਵਾਲਾ ਵਜ਼ਨ ਹੈ। ਅੱਛਾ ਜੀ, ਬੱਚੇ ਦਾ ਵਜ਼ਨ ਹੈ ਖਾਲੀ ਇਕੱਲੇ ਦਾ 15, ਔਰ ਵੈੜਾਂ ਦਾ ਵਜ਼ਨ ਹੈ ਦੋਵਾਂ ਦਾ 15। ਇਸੇ ਤਰ੍ਹਾਂ ਨਾਲ ਦੋਵਾਂ ਵੈੜਾਂ ਦੇ ਕਿੰਨੇ ਪੈਸੇ ਲਵਣੇ ਨੇ? ਜਿਹੜੇ ਆਪਾਂ ਲਵਣੇ ਨੇ ਉਹ ਹੀ ਦੱਸਣੇ ਨੇ। 6,00,000 ਰੁਪਈਆ ਲਵਣਾ ਦੋਵਾਂ ਵੈੜਾਂ ਦਾ, 6,00,000 ਰੁਪਈਆ ਦੋਵਾਂ ਵੈੜਾਂ ਦਾ, 6,00,000 ਹੈ ਵਜ਼ਨ 15 ਮਾਣੇ, ਔਰ ਇਕੱਲੇ ਬੱਚੇ ਦਾ ਵਜ਼ਨ 15 ਮਾਣੇ, ਉਹਦਾ ਵੀ ਰੇਟ 6,00,000 ਹੈ, ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ। ਇਹ ਜਨਾਬ ਬਿਲਕੁਲ ਇਹਦੇ ਦੋਵਾਂ ਦੇ ਵੈੜ ਦੇ, ਵੈੜਾਂ ਦੇ ਮਾਸ਼ਾਅੱਲਾ, ਔਰ ਬੱਚੇ ਦੇ ਬਿਲਕੁਲ ਮੁਨਾਸਿਬ ਨੇ ਰੇਟ ਨੇ। ਤੁਸੀਂ ਮੁਖਤਲਿਫ ਚੈਨਲਾਂ 'ਤੇ ਵੇਖਦੇ ਰਹਿੰਦੇ ਹੋ, ਸੋ ਰੇਟ ਬੜੇ ਜ਼ਿਆਦਾ ਹੁੰਦੇ ਨੇ। ਇਹ ਜਨਾਬ ਇੰਪੋਰਟਡ ਵੈੜਾਂ ਨੇ ਮਾਸ਼ਾਅੱਲਾ, ਔਰ ਬੁੱਲ ਹੀ ਇੰਪੋਰਟਡ ਹੈ। ਬਾਕੀ ਭਾਈ ਅਨਵਰ, ਇਹਦੇ ਬੱਚੇ ਆਏ ਹੋਏ ਨੇ, ਇੱਥੇ ਵਿਖਾ ਸਕਦੇ ਹੋ ਇਹਦੇ ਨੇ ਜਾਂ ਕਿਸੇ ਹੋਰ ਦੇ? ਕੈਮਰਾਮੈਨ ਸਾਹਿਬ ਵੈੜਾ ਚੈੱਕ ਕਰਵਾਉਣੀਆਂ ਨੇ ਮਾਸ਼ਾਅੱਲਾ ਦੋਸਤਾਂ ਨੂੰ, ਬਹੁਤ ਹੀ ਕਮਾਲ ਦੇ, ਔਰ ਜਨਾਬ ਆਊਟ ਕਲਾਸ ਪੀਸ ਨੇ, ਪਿਓਰ ਫਰੀਜ਼ੀਅਨ ਦੇ ਵਿੱਚ, ਕੋਈ ਕ੍ਰਾਸ ਨਹੀਂ ਇਹਨਾਂ ਦੇ ਵਿੱਚ, ਕੋਈ ਰਲਾ ਨਹੀਂ ਹੈ, ਪਿਓਰ ਫਰੀਜ਼ੀਅਨ ਹੈ। ਥੋੜ੍ਹਾ ਜਿਹਾ ਕੈਮਰਾ ਘੁਮਾ ਦਿਓ ਅੱਗੇ ਮਾਸ਼ਾਅੱਲਾ। ਬਾਕੀ ਜਿਹੜੇ ਦੋਸਤ ਨੂੰ ਪਸੰਦ ਆਉਣ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ, ਬਹੁਤ ਹੀ ਮੁਨਾਸਿਬ ਤਰੀਨ ਰੇਟ ਨੇ। ਇਹ ਜਨਾਬ ਅੱਜ ਦੀਆਂ ਮਾਸ਼ਾਅੱਲਾ ਤਿੰਨੇ ਜਾਨਵਰ ਜਿਹੜੇ ਵਿਖਾਏ ਨੇ, ਇਵੇਂ ਦੀਆਂ ਕੁਆਲਿਟੀਆਂ, ਇਵੇਂ ਦੇ ਜਾਨਵਰ, ਇਵੇਂ ਦੀਆਂ ਖੂਬਸੂਰਤੀਆਂ, ਨਸਲਾਂ, ਜ਼ਾਤਾਂ, ਇਸ ਰੇਟ ਦੇ ਵਿੱਚ ਕੋਈ ਬੰਦਾ ਕੱਢ ਕੇ ਵਿਖਾਵੇ ਫਿਰ ਮੰਨਾਂਗੇ। ਬਾਕੀ ਨੰਬਰ ਹੁੰਦਾ 0308-910-2811, ਇਹਦੇ 'ਤੇ ਕਾਲ, ਵਟਸਐਪ, ਈਮੋ, ਸਾਰੀਆਂ ਸਹੂਲਤਾਂ ਮੌਜੂਦ ਨੇ। ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਨਾਲ ਸਾਨੂੰ ਜ਼ਰੂਰ ਆਗਾਹ ਕਰਨਾ ਹੈ। ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ।